ਸਤਿ ਸ਼੍ਰੀ ਅਕਾਲ ਜੀ ਮੈਂ ਜਗਜੋਤ ਗਿੱਲ ਪੰਜਾਬ ਐਜੂਕੇਸ਼ਨ ਹਬ ਚੈਨਲ ਦੇਖ ਰਹੇ ਸਾਰੇ ਦਰਸ਼ਕਾ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਮੁਲਾਜ਼ਮ ਜਥੇਬੰਦੀਆਂ ਵੱਲੋਂ ਕਾਫੀ ਲੰਬੇ ਸਮੇਂ ਤੋਂ ਆंदोलਨ ਕੀਤਾ ਜਾ ਰਿਹਾ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਤੇ ਪੰਜਾਬ ਸਰਕਾਰ ਵੱਲੋਂ ਬਾਰੀ-ਬਾਰੀ ਮੀਟਿੰਗਾਂ ਵੀ ਹੋ ਰਹੀਆਂ ਹਨ ਲੇਕਿਨ ਹਜੇ ਤੱਕ ਸਰਕਾਰ ਦੇ ਵੱਲੋਂ ਕੋਈ ਵੀ ਸੁਣਵਾਈ ਨਹੀਂ ਹੋਈ ਹੈ ਤੇ ਜਿਸ ਦੇ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਭਰ ਦੀਆਂ ਲਗਭਗ ਸਾਰੀਆਂ ਵੱਡੀਆਂ ਜਥੇਬੰਦੀਆਂ ਨੇ ਸ਼ਮੂਲੀਅਤ ਕਰਕੇ ਵੱਡਾ ਫੈਸਲਾ ਕਰਦੇ ਹੋਏ ਮਿਤੀ 28 ਤੇ 29 ਦਸੰਬਰ ਨੂੰ ਪੰਜਾਬ ਬੰਦ ਕਰਨ ਦਾ ਐਲਾਨ ਵੀ ਕੀਤਾ ਜਿਸ ਦੇ ਵਿੱਚ ਨੁਮਾਇੰਦੇ ਸੁਖਚੈਨ ਸਿੰਘ ਖੇੜਾ, ਵਸਵੀਰ ਸਿੰਘ ਪੁੱਲਰ ਮੇਕ ਸਿੰਘ ਸਿੱਧੂ ਦਾ ਕਹਿਣਾ ਜੇਕਰ ਸਰਕਾਰ ਤਨਖਾਹ ਕਮਿਸ਼ਨ ਵੱਲੋਂ ਮੁਲਾਜ਼ਮ ਅਤੇ ਰਿਟਾਇਰਾਂ ਦੀਆਂ ਜੋ ਮੰਗਾਂ ਨੇ ਉਹ ਮੰਗੀਆਂ ਗਈਆਂ ਸਨ ਜਿਵੇਂ ਕਿ ਜੋ ਮੁਲਾਜ਼ਮ ਪਰਖਕਾਲ ਅਤੇ ਤਰੱਕੀ ਵਾਲੇ ਸਾਥੀਆਂ ਨੂੰ ਜੋ ਵੀ ਲਾਭ ਦੇਣ ਸੰਬੰਧੀ ਡੀਏ ਮੀਤੀ 1/7/2021 ਤੋਂ ਜਾਰੀ ਕਰਨ ਸੰਬੰਧੀ ਅਤੇ ਜੋ ਪੈਨਸ਼ਨਰਜ਼ ਨੇ ਉਹਨਾਂ ਨੂੰ 2.59 ਫਾਰਮੂਲੇ ਪੈਨਸ਼ਨ ਦੇਣ ਸੰਬੰਧੀ 24 ਕੈਟਾਗਰੀ ਨੂੰ ਵੀ 2.5 ਨਾਲ ਲਾਭ ਦੇਣ ਸੰਬੰਧੀ ਵੱਖ-ਵੱਖ ਤਰ੍ਹਾਂ ਦਾ ਖਤਮ ਕੀਤੇ ਗਏ ਪੱਤੇ ਬਹਾਲ ਕਰਨ ਸੰਬੰਧੀ ਹਜੇ ਤੱਕ ਕੋਈ ਸੁਣਵਾਈ ਜਾਂ ਕੋਈ ਨਵੀਂ ਅਪਡੇਟ ਨਹੀਂ ਜਾਰੀ ਕੀਤੀ ਗਈ ਹੈ ਤੇ ਇਸ ਤੋਂ ਇਲਾਵਾ ਮੁਲਾਜ਼ਮ ਦਾ ਕਹਿਣਾ ਇਹ ਵੀ ਹੈ ਕਿ ਬਾਕੀ ਜੋ ਵੀ ਮੰਗਾ ਨੇ ਜਿਵੇਂ ਕਿ 15% ਦਾ ਲਾਭ 119% ਨਾਲ ਦਿੱਤਾ ਜਾਵੇ ਅਤੇ ਨਾਲ ਹੀ 15 ਜਨਵਰੀ 2015 ਤੇ 7 7 2020 ਦਾ ਪੱਤਰ ਵਾਪਸ ਵੀ ਲੈ ਲਿਆ ਜਾਵੇ ਤੇ ਜੇਕਰ ਗੱਲ ਕੀਤੀ ਜਾਵੇ ਪੁਰਾਣੀ ਪੈਨਸ਼ਨ ਸਕੀਮ ਦੀ ਤੇ ਉਸ ਨੂੰ ਵੀ ਬਹਾਲ ਕਰਨ ਦੀ ਗੱਲ ਕੀਤੀ ਗਈ ਹੈ ਤੇ ਨਾਲੇ ਜਿਹੜੇ ਮੁਲਾਜ਼ਮ ਪ੍ਰੋਬੇਸ਼ਨ ਤੇ ਕੰਮ ਕਰ ਰਹੇ ਹਨ ਉਹਨਾਂ ਨੂੰ ਵੀ ਸੋਦੀ ਤਨਖਾਹ ਦਿੱਤੀ ਜਾਵੇ ਅੱਗੇ ਜੇ ਗੱਲ ਕਰੀਏ ਅਨ ਰਿਵਾਈਜ਼ਡ ਡੀਏ ਦੀਆਂ ਕਿਸ਼ਤਾਂ ਬਾਰੇ ਤੇ ਉਹ ਵੀ ਪਹਿਲਾਂ ਦੱਸਿਆ ਜਾਣ ਤੇ ਜਿਹੜਾ 6th ਪੇ ਕਮਿਸ਼ਨ ਹੈ ਉਸ ਦੇ ਤਹਿਤ ਦੀ ਸੀਆਰਸੀ ਅਤੇ ਲੀਵਨ ਕੈਸ਼ਮੈਂਟ ਦੇਣ ਲਈ ਪੱਤਰ ਜਾਰੀ ਕੀਤੇ ਜਾਣ ਤੇ ਨਾਲ ਹੀ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਵੀ ਪੱਕਾ ਕਰ ਦਿੱਤਾ ਜਾਵੇ ਤੇ ਜੇ ਇੱਕ ਸਾਰੀਆਂ ਮੰਗਾਂ ਜੋ ਮੁਲਾਜ਼ਮਾਂ ਦਿਆਂ ਨੇ ਜੋ ਪੂਰੀ ਨਾ ਕੀਤੀਆਂ ਗਈਆਂ ਤੇ ਸਾਰੇ ਮੁਲਾਜ਼ਮ ਜਿਨ੍ਹਾਂ ਵਿੱਚ ਇੱਕ ਰੋਸ਼ ਭਰਿਆ ਹੋਇਆ ਹੈ ਉਹ ਸਾਰੀ ਸਰਕਾਰੀ ਤੰਤਰ ਨੂੰ ਠੱਪ ਕਰ ਦੇਣ ਗਿਆ ਤੇ 28 ਤੇ 29 ਦਸੰਬਰ ਨੂੰ ਪੰਜਾਬ ਸਿਵਲ ਸਕੱਤਰੇ ਦੇ ਪੱਧਰ ਤੋਂ ਲੈ ਕੇ ਸਮੇਤ ਜਿਹੜੇ ਵੀ ਡੈਰੋਟਰੀਟਸ ਅਤੇ ਜ਼ਿਲ੍ਹਾ ਤਹਿਸੀਲ ਬਲਾਕ ਪੱਧਰ ਦੇ ਸਾਰੇ ਦਫ਼ਤਰ ਬੰਦ ਕਰ ਦਿੱਤੇ ਜਾਣਗੇ ਜਿਸ ਦੀ ਸਾਰੀ ਜ਼ਿੰਮੇਵਾਰੀ ਰਾਜ ਸਰਕਾਰ ਦੀ ਹੋਵੇਗੀ ਤੇ ਜੇਕਰ ਇਸ ਤੋਂ ਬਾਅਦ ਵੀ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਜਾਏ ਤੇ ਉਸ ਦੀ ਕੋਈ ਸੁਣਵਾਈ ਨਾ ਕੀਤੀ ਜਾਏ ਤਾਂ ਮੰਚ ਵੱਲੋਂ 30 ਦਸੰਬਰ 2021 ਨੂੰ ਲੁਧਿਆਣਾ ਵਿਖੇ ਮੀਟਿੰਗ ਕਰਦੇ ਹੋਏ ਅਗਲੇ ਵੱਡੇ ਸੰਘਰਸ਼ ਦੀ ਉਲੀਕ ਕਰ ਦਿੱਤੀ ਜਾਵੇਗੀ ਤੇ ਜਿਸ ਤੋਂ ਬਾਅਦ ਕਾਂਗਰਸ ਸਰਕਾਰ ਦਾ ਸਫਾਇਆ ਵੀ ਹੋ ਸਕਦਾ ਹੈ। ਇਦਾਂ ਦੀ ਨਵੀਂ ਤੇ ਤਾਜ਼ੀ ਖਬਰਾਂ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਤੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਸਤਿ ਸ਼੍ਰੀ ਅਕਾਲ ਜੀ।